ਹਾਂਜੀ ਕੀ ਹਾਲ ਚੱਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਐ ਉਹ ਮੇਰੇ ਪਰਸਨਲ ਐਕਸਪੀਰੀਐਂਸਸ ਤੇ ਐ ਤੇ ਕੁਝ ਗੱਲਾਂ ਜਿਹੜੀਆਂ ਮੈਂ ਇੱਥੇ ਆ ਕੇ ਮਹਿਸੂਸ ਕੀਤੀਆਂ ਯੂਨੀਵਰਸਿਟੀਆਂ ਬਾਰੇ ਜਦੋਂ ਸਟੂਡੈਂਟ ਉਥੋਂ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਤਾਂ ਯੂਨੀਵਰਸਿਟੀ ਦੀ ਚੋਇਸ ਚੂਜ਼ ਕਰਦੇ ਆ ਤਾਂ ਉਹਨਾਂ ਨੂੰ ਕਈ ਭਰਮ ਭੁਲੇਖੇ ਹੁੰਦੇ ਆ ਕਈ ਮਿਥਸ ਹੁੰਦੇ ਆ ਜੋ ਸੱਚ ਨਹੀਂ ਹੁੰਦੇ ਉੱਤੋਂ ਏਜੰਟ ਹੈ ਜੇ ਟੱਕਰ ਜਾਂਦੇ ਆ ਉਹ ਉਹਨਾਂ ਨੂੰ ਹੋਰ ਡਰਾਉਂਦੇ ਆ ਤਾਂ ਕਈ ਚੀਜ਼ਾਂ ਕਲੀਅਰ ਕਰਨਾ ਚਾਹਣਾ ਇਸ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਚੱਲਾਂਗੇ ਗੱਲ ਵੀ ਕਰਾਂਗੇ ਉਹਦੇ ਬਾਰੇ ਲੌਜੀਕ ਵੀ ਦਊਂਗਾ ਕਿਉਂ ਹੁੰਦਾ ਕੀ ਹੁੰਦਾ ਤੇ ਸਭ ਕੁਝ ਦੱਸਾਂਗੇ ਜੁੜੇ ਰਹੋ ਵੀਡੀਓ ਨਾਲ 让我们 ਗੇਟ ਸਟਾਰਟਡ ਸਭ ਤੋਂ ਪਹਿਲਾਂ ਤਾਂ ਇੰਟਰਵਿਊ ਦੇ ਮੈਥੀ ਕਲੀਅਰ ਕਰ ਲੈਣੇ ਆ। ਕਈ ਇੰਟਰਵਿਊ ਦੇ ਭਰਮ ਭਲੇਖੇ ਆ ਬੰਦਿਆਂ ਨੂੰ ਜੇ ਆਪਾਂ ਜਿਹੜੇ ਸੱਚ ਨਹੀਂ ਹੁੰਦੇ ਠੀਕ ਹੈ। ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਵੀ ਇੰਟਰਵਿਊ ਦੇ ਵਿੱਚ ਬਹੁਤ ਕੰਪਲੈਕਸ ਕੁਐਸਚਨ ਪੁੱਛਦੇ ਆ। ਯਾਰ ਆਪਾਂ ਨਾ ਕੋਈ ਯੂਨੀਵਰਸਿਟੀ ਆਫ ਆਕਸਫੋਰਡ ਜਾਂ ਯੂਨੀਵਰਸਿਟੀ ਆਫ ਕੈਂਬਰੇਜ ਯੂਨੀਵਰਸਿਟੀ ਕਾਲਜ ਲੰਡਨ ਇੰਪੀਰੀਅਲ ਕਾਲਜ ਦਾ ਆਫਰ ਲੈਟਰ ਨਹੀਂ ਅਪਲਾਈ ਕਰ ਰਹੇ। ਆਪਾਂ ਜਸਟ ਨਾਰਮਲ ਯੂਨੀਵਰਸਿਟੀਆਂ ਦਾ ਆਫਰ ਲੈਟਰ ਅਪਲਾਈ ਕਰ ਰਹੇ ਆ। ਹਾਲਾਂਕਿ ਇਹ ਵੀ ਇੰਨੇ ਕੰਪਲੈਕਸ ਕੁਐਸਚ ਵਾਟਸ ਯੂਅਰ ਨੇਮ ਵਾਟਸ ਯੂਅਰ ਬੈਕਗਰਾਉਂਡ ਕੀ ਤੁਸੀਂ ਸਟੱਡੀ ਕੀਤਾ ਵਾਈ ਯੂ ਚੂਜ਼ ਦੈਟ ਕੋਰਸ ਕਦੇ ਕਦੇ ਆਉਂਦਾ ਇਹ ਵਾਟ ਆਰ ਯੂਅਰ ਫਾਈਨੈਂਸ਼ੀਅਲ ਸਪੋਰਟ ਵੀ ਫਾਈਨੈਂਸ਼ੀਅਲ ਸਪੋਰਟ ਦੇ ਬਾਰੇ ਤੇ ਪਿੱਛੇ ਤੁਹਾਡੇ ਕੀ ਚੀਜ਼ ਹੈ ਤੇ ਵਾਈ ਯੂ ਚੂਜ਼ ਥਿਸ ਸਿਟੀ ਬਸ ਦੈਟਸ ਇਟ ਆਹੀ ਕੁਛ ਹੁੰਦਾ ਹੋਰ ਕੁਛ ਵੀ ਨਹੀਂ ਹੁੰਦਾ ਜਿਆਦਾ ਤੋਂ ਜਿਆਦਾ ਕੀ ਕਹਿੰਦੇ ਆ ਜੇ ਕੋਈ ਇੰਟਰਵਿਊ ਕੋਈ ਔਖੀ ਕਰਨਾ ਚਾਹੁੰਦਾ ਤਾਂ ਕੋਰਸ ਦੇ ਕੁਛ ਮੋਡਿਊਲਸ ਪੁੱਛ ਲੈਂਦੇ ਤੇ ਕੋਰਸ ਦਾ ਸਕੋਪ ਪੁੱਛ ਲੈਂਦੇ ਵੀ ਤੁਸੀਂ ਇਹੀ ਕੋਰਸ ਕਿਉਂ ਚੂਜ਼ ਕੀਤਾ 댓ਸ ਇਟ ਹੋਰ ਕੁਛ ਨਹੀਂ ਹੁੰਦਾ ਮਤਲਬ ਤੁਹਾਨੂੰ ਜਿਹੜੇ ਕਈ ਵਾਰੀ ਗਏ ਬੰਦਿਆਂ ਨੂੰ ਭਰਮ ਪਲੇਖੇ ਹੁੰਦੇ ਨੇ ਨਾ ਵੀ ਬਹੁਤ ਜ਼ਿਆਦਾ ਹੀ ਔਖੇ ਕੁਐਸਚਨ ਪੁੱਛਦੇ ਤਾਂ ਇਹ ਜਾਂ ਕੁਛ ਨਹੀਂ ਹੁੰਦਾ ਆਹੀ ਕੁਐਸਚਨ ਹੁੰਦੇ ਆ ਬਸ ਉੱਥੇ ਤਾਂ ਨੰਬਰ ਪਹਿਲਾ ਇਹ ਸੀਗਾ ਨੰਬਰ ਦੂਜਾ ਇੰਟਰਵਿਊ ਕਈ ਵਾਰੀ ਮੈਂ ਤਾਂ ਹੈਰਾਨ ਹੁੰਦਾ ਵੀ ਕਈ ਲੋਕ ਇਹੋ ਜਿਹੇ ਮੈਨੂੰ ਆ ਕੇ ਕਹਿੰਦੇ ਆ ਮੈਨੂੰ ਫੋਨ ਕਰਕੇ ਕਹਿੰਦੇ ਆ ਬਾਈ ਸਾਨੂੰ ਏਜੰਟ ਨੇ ਇਹ ਆਖਿਆ ਉਹ ਕਹਿੰਦੇ ਵੀ ਜਦੋਂ ਤੁਹਾਡੀ ਟੀਮਸ ਤੇ ਇੰਟਰਵਿਊ ਚੱਲਦੀ ਹੋਵੇ ਤਾਂ ਤੁਸੀਂ ਵਿੱਚ ਦੀ ਪਾਣੀ ਨਹੀਂ ਪੀਣਾ ਕਿਉਂ ਬੰਦੇ ਨਹੀਂ ਅਸੀਂ ਨਹੀਂ ਇੱਥੇ ਨਾ ਯਾਰ ਸਾਰਾ ਕੁਝ ਨੋਰਮਲ ਹੈ ਠੀਕ ਹੈ ਇੰਗਲੈਂਡ ਆਪਣੇ ਤੋਂ 100 ਸਾਲ ਲੱਗੇ ਆ ਤਾਂ ਕਰਕੇ ਇੱਥੇ ਸਾਰਾ ਕੁਝ ਨੋਰਮਲ ਹੈ ਜੇ ਤੁਸੀਂ ਇੰਟਰਵਿਊ ਦੇ ਵਿੱਚ ਕਹੋਗੇ ਵੀ ਨਾ ਲੈ ਮੀ ਹੈਵ ਅ ਸਿਪ ਆਫ ਵਾਟਰ ਲਾਈਕ ਡਰਿੰਕ ਵਾਟਰ ਸਮਥਿੰਗ ਲਾਈਕ ਦਟ ਦੈਟਸ ਕੰਪਲੀਟਲੀ ਨਾਰਮਲ ਐ ਜਮਾਂ ਨਾਰਮਲ ਆ ਉਹਨਾਂ ਨੂੰ ਕੋਈ ਆਇਆ ਨਹੀਂ ਲੱਗਣਾ ਵੀ ਤੁਸੀਂ ਨਰਵਸ ਹੋ ਅੱਛਾ ਜੇ ਨਰਵਸ ਹੋਏਗੇ ਵੀ ਉਹ ਦੱਸ ਦੋ ਨਰਵਸ ਹੈਗੇ ਵੀ ਉਹ ਤਾਂ ਦੱਸ ਦੋ ਨਾ ਯਾਰ ਵੀ ਮੈਂ ਨਰਵਸ ਆ ਕਿਉਂਕਿ ਇਹ ਬਤਾ ਕੀ ਐ ਸਭ ਤੋਂ ਜਿਹੜਾ ਸਹੀ ਰੂਲ ਆ ਸਭ ਤੋਂ ਪਹਿਲਾ ਰੂਲ ਆ ਇੰਗਲੈਂਡ ਦੇ ਵਿੱਚ ਕੋਈ ਵੀ ਇੰਟਰਵਿਊ ਦੇਣ ਦਾ ਚਾਹੇ ਉਹ ਜੋਬ ਇੰਟਰਵਿਊ ਹੋਵੇ ਚਾਹੇ ਸਕੂਲ ਇੰਟਰਵਿਊ ਹੋਵੇ ਜਾਂ ਕਾਲਜ ਇੰਟਰਵਿਊ ਹੋਵੇ ਕੁਝ ਵੀ ਹੋਵੇ ਬੀ ਰੀਅਲ ਜੋ ਵੀ ਤੁਹਾਨੂੰ ਫੀਲ ਹੋਣਾ ਨਾ ਸਾਰਾ ਕੁਝ ਉਹਨਾਂ ਨੂੰ ਦੱਸ ਦਿਓ ਜੇ ਨਰਵਸ ਆ ਤਾਂ ਪਹਿਲਾਂ ਹੀ ਦੱਸ ਦਿਓ ਵੀ ਮੈਂ ਨਰਵਸ ਐ ਜੇ ਪਾਣੀ ਪੀਣਾ ਪਹਿਲਾਂ ਦੱਸ ਦਿਓ ਮੈਨੂੰ ਪਾਣੀ ਦੀ ਪਿਆਸ ਲੱਗਦੀ ਆ ਵਿਚ ਵਿਚ ਤੇ ਲੱਗਦੀ ਆ ਮੈਨੂੰ ਪੀ ਲੈਣ ਤੋਂ ਕੋਈ ਚੱਕਰ ਨਹੀਂ ਜੇ ਤੁਸੀਂ ਅੜਦੇ ਹੋ ਤਾਂ ਤੁਸੀਂ ਪਹਿਲੇ ਦੱਸ ਦਿਓ ਮੈਨੂੰ ਟੰਗ ਸਲਿੱਪਿੰਗ ਦੀ ਪ੍ਰੋਬਲਮ ਆ ਇਟਸ ਓਕੇ ਉਹ ਸਾਰਾ ਕੁਝ ਨਾਰਮਲ ਕਨਸਿਡਰ ਕਰਕੇ ਚੱਲਦਾ ਹੈ ਜੀ ਕੋਈ ਗੱਲ ਨਹੀਂ ਵੀ ਤੁਹਾਡੇ ਇੰਪ੍ਰੈਸ਼ਨ ਤੇ ਪ੍ਰਭਾਵ ਪਊਗਾ ਇਹਦਾ ਤਾਂ ਇਹ ਚੀਜ਼ ਹੈ ਹਨ ਜਿਹੜੀ ਤੀਜੀ ਚੀਜ਼ ਹੈ ਉਹ ਆਪਾਂ ਕਹਿੰਦੇ ਆ ਵੀ ਕਈ ਇਹ ਇਹ ਕਈ ਏਜੰਟ ਕਹਿੰਦੇ ਸਾਰੇ ਨਹੀਂ ਕਹਿੰਦੇ ਕਿਉਂਕਿ ਸਾਰਿਆਂ ਨੂੰ ਕੁਝ ਨਾਰਮਲੀ ਪਤਾ ਹੁੰਦਾ ਹੋ ਸਕਦਾ ਜਿਹੜੇ ਕਈ ਕਹਿੰਦੇ ਆ ਮੈਂ ਉਹਨਾਂ ਦੀ ਗੱਲ ਕਰ ਲੈਣਾ ਵੀ ਤੁਸੀਂ ਯੂਨੀਵਰਸਿਟੀ ਨੂੰ ਮੋੜ ਕੇ ਕੋਈ ਸਵਾਲ ਨਹੀਂ ਪੁੱਛ ਸਕਦੇ ਕਿਉਂ ਨਹੀਂ ਪੁੱਛ ਸਕਦੇ ਬਾਈ ਅਸੀਂ ਫੀਸ ਦਿੱਤੀ ਆ ਅਸੀਂ ਫੀਸ ਦੇਣੀ ਆ ਉੱਥੇ ਉਹਨਾਂ ਨੂੰ 12-14 ਲੱਖ ਰੁਪਏ ਅਸੀਂ ਕਿਉਂ ਨਹੀਂ ਪੁੱਛ ਸਕਦੇ ਆ ਅਸੀਂ ਸਭ ਕੁਝ ਪੁੱਛ ਸਕਦੇ ਆ ਅਸੀਂ ਈਵਨ ਇਹ ਵੀ ਪੁੱਛ ਸਕਦੇ ਆ ਵੀ ਯੂਨੀਵਰਸਿਟੀ ਦੇ ਵਿੱਚ ਕੋਰਸ ਕਿਹੜੇ-ਕਿਹੜੇ ਆ ਸਟਾਫ ਕਿਵੇਂ-ਕਿਵੇਂ ਆ ਕੀ-ਕੀ ਫੈਸਿਲਿਟੀਆਂ ਆ ਅਸੀਂ ਪੁੱਛ ਸਕਦੇ ਆ ਸਾਨੂੰ ਕੀ ਆ ਉਲਟਾ ਯੂਨੀਵਰਸਿਟੀ ਨੂੰ ਕੁਐਸਚਨ ਪੁੱਛਣ ਤੇ ਤੁਹਾਡਾ ਜਿਹੜਾ ਇੰਪ੍ਰੈਸ਼ਨ ਆ ਉਹ ਚੰਗਾ ਪੈਂਦਾ ਉੱਥੋਂ ਤੋਂ ਉਹਨਾਂ ਦਾ ਪਤਾ ਲੱਗਦਾ ਵੀ ਇਹ ਸਟੂਡੈਂਟ ਦਾ ਵਾਕਿਆ ਹੀ ਇੰਟਰਸਟ ਹੈਗਾ ਯੂਨੀਵਰਸਿਟੀ ਦੇ ਵਿੱਚ ਐਵੇਂ ਉਰਲੀਆਂ ਪਰਲੀਆਂ ਨਹੀਂ ਮਾਰਦਾ ਠੀਕ ਹੈ ਚੌਥੇ ਨੰਬਰ ਤੇ ਗੱਲ ਆ ਗਈ ਕਈ ਬੰਦੇ ਸਕ੍ਰਿਪਟ ਲਿਖਾਉਂਦੇ ਆ ਵੀ ਜਦੋਂ ਤੁਸੀਂ ਇੰਟਰਵਿਊ ਦਿਓਗੇ ਨਾ ਵੀ ਆਹ ਚੀਜ਼ਾਂ ਨਾ ਯਾਦ ਕਰ ਲਿਓ ਵੀ ਜਿਵੇਂ ਹੁਣ ਯਾਰ ਯਾਰ ਆਪਣੀ ਕਿਹੜਾ 5ਵੀਂ ਕਲਾਸ ਆ 6ਵੀਂ ਕਲਾਸ ਆ ਨਾ ਵੀ ਆਪਾਂ ਨੂੰ ਅੰਗਰੇਜ਼ੀ ਦੇ ਏਸੇ ਜਿਵੇਂ ਆਪਾਂ ਲੈਂਡ ਟੂ ਲੈਂਡ ਯਾਦ ਕਰਦੇ ਹੁੰਦੇ ਸੀ ਕਾਪੀਆਂ ਤੇ ਬਹਿ ਕੇ ਲਿਖ ਕੇ ਉਹ ਚੀਜ਼ ਨਹੀਂ ਕਰਨੀ ਯਾਰ ਤੁਸੀਂ ਜਸਟ ਬੀ ਰੀਅਲ ਤੋਂ ਤੁਹਾਨੂੰ ਜੋ ਕੁਝ ਪਤਾ ਤੁਸੀਂ ਉਹ ਕੁਝ ਦੱਸ ਦੋ ਜੇ ਉਹਨਾਂ ਨੇ ਕਨਸੀਡਰ ਕਰਨਾ ਹੋਗਾ ਤੁਹਾਨੂੰ ਤਾਂ ਵੀ ਕਰ ਲੈਣਗੇ ਜੇ ਨਾ ਕਰਨਾ ਹੋਗਾ ਭਾਵੇਂ ਸਕ੍ਰਿਪਟ ਕੀ ਤੁਸੀਂ ਸਾਰਾ ਮੈਂ ਕਹਿੰਦਾ ਵੀ ਡਿਕਸ਼ਨਰੀ ਚ ਔਖੇ ਔਖੇ ਵਰਡ ਚੱਕ ਕੇ ਲਿਖ ਦੋ ਤੁਹਾਨੂੰ ਤਾਂ ਵੀ ਨਹੀਂ ਕਨਸੀਡਰ ਕਰਦੇ ਤੁਹਾਨੂੰ ਉਹ ਹੁਣ ਜਿਵੇਂ ਮੰਨ ਲਓ ਵੀ ਮੈਂ ਤੁਹਾਨੂੰ ਕਹਿਣਾ ਵੀ ਜਦੋਂ ਤੁਹਾਡਾ ਬੈਕਗ੍ਰਾਉਂਡ ਪੁੱਛਣਗੇ ਨਾ ਤਾਂ ਤੁਸੀਂ ਜਸਟ ਇਹੀ ਦੇਣਾ ਵੀ ਮਾਈ ਨੇਮ ਇਜ਼ XYZ ਆਈ ਬੌਰਨ ਇਨ ਥਿਸ ਆਈ ਗਰੂ ਅਪ ਇਨ ਥਿਸ ਸਿਟੀ ਆਈ ਡਨ ਮਾਈ ਬੈਚਲਰਸ ਇਨ ਥਿਸ ਮਾਈ ਹਬੀਜ਼ ਆਰ ਥਿਸ ਕਿਉ ਯਾਰ ਇਹ ਕੋਈ ਟਿੰਡਰ ਦਾ ਪ੍ਰੋਫਾਈਲ ਨਹੀਂ ਹੈਗਾ ਇਹ ਯੂਨੀਵਰਸਿਟੀ ਦੀ ਇੰਟਰਵਿਊ ਹੈ ਇੱਥੇ ਤੁਸੀਂ ਮੈਂਸ਼ਨ ਕੀ ਕਰਨਾ ਹੁੰਦਾ ਹੈ ਇੱਥੇ ਮੈਂਸ਼ਨ ਕਰਨਾ ਹੁੰਦਾ ਆਪਦਾ ਨਾਮ ਆਪਦਾ ਬੈਕਗ੍ਰਾਉਂਡ ਉਦੋਂ ਆਪਦਾ ਆਪਦਾ ਐਕਾਡੈਮਿਕ ਬੈਕਗ੍ਰਾਉਂਡ ਜੇ ਤੁਹਾਡੀ ਕੋਈ ਕੋਈ ਤੁਸੀਂ ਅੱਗੇ ਟ੍ਰੇਨਿੰਗ ਕੀਤੀ ਹੈ ਉਹ ਤੁਹਾਡਾ ਇੰਟਰਸਟ ਕੀ ਹੈ ਇੰਟਰਸਟ ਇਨ ਦੀ ਸੈਂਸ ਆਏ ਨਹੀਂ ਵੀ ਮੇਰਾ ਗਾਣੇ ਸੁਣਨਾ ਇੰਟਰਸਟ ਹੈ ਇੰਟਰਸਟ ਇਨ ਦੀ ਸੈਂਸ ਵੀ ਤੁਹਾਡਾ ਪ੍ਰੋਫੈਸ਼ਨਲ ਇੰਟਰਸਟ ਕੀ ਹੈ ਮੰਨ ਲਓ ਜੇ ਤੁਹਾਡਾ ਫੋਟੋਗ੍ਰਾਫੀ ਦਾ ਕੋਰਸ ਹੈ ਤਾਂ ਤੁਹਾਡਾ ਫੋਟੋਗ੍ਰਾਫੀ ਦੇ ਵਿੱਚ ਅੱਗੇ-ਅੱਗੇ ਕੀ ਇੰਟਰਸਟ ਹੈ ਤੁਹਾਡੇ ਨੂੰ ਤੁਸੀਂ ਸਿਨੇਮੈਟੋਗ੍ਰਾਫੀ ਕਰਨਾ ਚਾਹੁੰਦੇ ਹੋ ਜਾਂ ਔਰਲਡ ਲਾਈਫ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਜਾਂ ਫ੍ਰੀ ਲਾਂਸਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਸਕੋਪ ਜਿਵੇਂ ਹੁਣ ਫੋਰ ਐਗਜ਼ਾਮਪਲ ਮੇਰਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਬੈਕਗ੍ਰਾਉਂਡ ਹੈ ਤਾਂ ਮੈਂ ਆਪਦੇ ਕੀ ਦੱਸ ਸਕਦਾ ਇੰਟਰਸਟ ਹੈ ਨਾ ਵੀ ਮੇਰਾ ਇਲੈਕਟ੍ਰਿਕ ਵਹੀਕਲ ਦੇ ਵਿੱਚ ਇੰਟਰਸਟ ਹੈ ਲਈ ਇਥੇ ਮਾਇਨ ਬੈਟਰੀ ਦੇ ਵਿੱਚ ਇੰਟਰਸਟ ਹੈ ਅੱਗੇ ਮੈਂ AI ਨੂੰ ਐਕਸਪਲੋਰ ਕਰਨਾ ਚਾਹੁੰਨਾ ਹੈ ਜਾਂ ਕੋਡਿੰਗ ਸਿੱਖਣਾ ਚਾਹੁੰਨਾ ਹੈ ਇਹ ਜਾਂ ਕੁਝ ਤੁਸੀਂ ਦੱਸ ਸਕਦੇ ਹੋ ਤਾਂ ਹੌਬੀਜ਼ ਲਾਈਕ ਆਏ ਨਹੀਂ ਵੀ ਮੈਨੂੰ ਗਾਣੇ ਸੁਣਨਾ ਪਸੰਦ ਆਇਆ ਮੈਨੂੰ ਗਾਰਡਨਿੰਗ ਪਸੰਦ ਆਇਆ ਇਹ ਤਾਂ ਇਹ ਤਾਂ ਰੱਟੇ ਹੀ ਮਾਰੇ ਹੁੰਦੇ ਇਹ ਤਾਂ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਉਹਨਾਂ ਨੇ ਰੱਟੇ ਮਾਰੇ ਆ ਰੱਟੇ ਨਹੀਂ ਮਾਰਨੇ ਜੋ ਵੀ ਜੋ ਵੀ ਹੁੰਦਾ ਨਾ ਤੁਸੀਂ ਸਪੈਸ਼ਲ ਦੱਸ ਦੋ ਸਭ ਕੁਝ ਪਹਿਲਾਂ ਦੱਸ ਦੋ ਅੰਗਰੇਜ਼ੀ ਦੇ ਵਿੱਚ ਪ੍ਰਪੇਅਰ ਕਰ ਲਓ ਤਾਂ ਦੱਸ ਦੋ ਕੋਈ ਚੱਕਰ ਨਹੀਂ ਅੱਛਾ ਈਵਨ ਇਹ ਚੀਜ਼ ਵੀ ਨਾਰਮਲ ਹੈ ਜੇ ਉਹਨਾਂ ਨੂੰ ਕਹੋ ਨਾ ਵੀ ਮੈਂ ਅੰਗਰੇਜ਼ੀ ਦੇ ਵਿੱਚ ਥੋੜਾ ਜਿਹਾ ਫਸਦਾ ਉਹਨਾਂ ਨੂੰ ਪਹਿਲਾਂ ਵੀ ਦੱਸ ਸਕਦੇ ਹੋ ਤੁਸੀਂ ਵੀ ਮੈਂ ਅੰਗਰੇਜ਼ੀ ਦੇ ਵਿੱਚ ਥੋੜਾ ਜਿਹਾ ਫਸਦਾ ਕੋਈ ਚੱਕਰ ਨਹੀਂ ਹੋਣਾ ਉਹਨਾਂ ਨੂੰ ਪਹਿਲਾਂ ਪਤਾ ਯਾਰ ਕਿਉਂਕਿ ਅੰਗਰੇਜ਼ੀ ਆਪਣੀ ਪਹਿਲੀ ਲੈਂਗੁਏਜ ਨਹੀਂ ਹੈਗੀ ਤਾਂ ਉਹ ਇਹ ਚੀਜ਼ ਇਹਨਾਂ ਨੂੰ ਵੀ ਪਤਾ ਹੈ ਨਾ ਹੁਣ ਇਹਨਾਂ ਦੀ ਇਹਨਾਂ ਦੀ ਪੰਜਾਬੀ ਪਹਿਲੀ ਲੈਂਗੁਏਜ ਨਹੀਂ ਜਾਂ ਇਹਨਾਂ ਦੀ ਹਿੰਦੀ ਪਹਿਲੀ ਲੈਂਗੁਏਜ ਨਹੀਂ ਤਾਂ ਇਹ ਪੰਜਾਬੀ ਜਾਂ ਹਿੰਦੀ 'ਚ ਫਸਦੇ ਕਿ ਨਹੀਂ ਫਸਦੇ ਤੇ ਜਿਵੇਂ ਆਪਣੀ ਅੰਗਰੇਜ਼ੀ ਪਹਿਲੀ ਲੈਂਗੁਏਜ ਨਹੀਂ ਆਪਾਂ ਅੰਗਰੇਜ਼ੀ 'ਚ ਫਸ ਜਾਾਂਗੇ ਕੋਈ ਨਾਰਮਲ ਗੱਲ ਐ ਸਭੀ ਐ ਦੂਜੀ ਗੱਲ ਅਮ ਏਜੰਟ ਨਾ ਜਦੋਂ ਵੀ ਫਾਈਲ ਲਾਉਂਦੇ ਆ ਤਾਂ ਕਨਸੀਡਰ ਇਹ ਕਰੋ ਵੀ ਜਿਹੜੀ ਤੁਹਾਡੀ ਜੀਮੇਲ ਹੈ ਨਾ ਉਹ ਤੁਹਾਡੀ ਜੀਮੇਲ ਦਿੱਤੀ ਜਾਵੇ ਉੱਥੇ ਉਹ ਉਹਦੀ ਜੀਮੇਲ ਨਾ ਦਿੱਤੀ ਜਾਵੇ ਕਿਉਂਕਿ ਫਾਈਲ ਤੁਸੀਂ ਲਾਉਣੀ ਆ ਯੂਕੇ ਤੁਸੀਂ ਆਉਣਾ ਉਹਨੇ ਨਹੀਂ ਆਉਣਾ ਅ ਹੋ ਸਕਦਾ ਹੁਣ ਮੈਨੂੰ ਐ ਨਹੀਂ ਪਤਾ ਵੀ ਪਰਪਸ ਕੀ ਹੈ ਇਹਦੇ ਪਿੱਛੇ ਵੀ ਏਜੰਟ ਆਪ ਦੀ ਜੀਮੇਲ ਕਿਉਂ ਦੇ ਦਿੰਦਾ ਪਰ ਤੁਸੀਂ ਕੋਸ਼ਿਸ਼ ਕਰੋ ਜਦੋਂ ਵੀ ਫਾਈਲ ਲਵਾਓ ਉਹਨੂੰ ਇਹ ਚੀਜ਼ ਪੁੱਛੋ ਵੀ ਜਦੋਂ ਵੀ ਫਾਈਲ ਲੱਗੂਗੀ ਨਾ ਮੇਰੀ ਤੇ ਜਦੋਂ ਵੀ ਯੂਨੀਵਰਸਿਟੀ ਨਾਲ ਕੋਈ ਕਨਵਰਸੇਸ਼ਨ ਹੋਊਗੀ ਦੋ ਕੰਡੀਸ਼ਨਾਂ ਜਾਂ ਤਾਂ ਮੇਰੀ ਜੀਮੇਲ ਦਿੱਤੀ ਜਾਵੇ ਜੇ ਆਪ ਦੀ ਜੀਮੇਲ ਦੇਣੀ ਆ ਫਿਰ ਮੈਨੂੰ ਸੀਸੀ ਚ ਰੱਖਿਆ ਜਾਵੇ ਤਾਂ ਕਿ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੇ ਤੁਹਾਡੀ ਐਪਲੀਕੇਸ਼ਨ ਦੀ ਵੀ ਯੂਨੀਵਰਸਿਟੀ ਤੁਹਾਡੇ ਨਾਲ ਕਮਿਊਨੀਕੇਟ ਕਰਨ ਦੇ ਵਿੱਚ ਸક્ષਮ ਰਹੇ ਨਾ ਕਿ ਤੁਹਾਡੇ ਏਜੰਟ ਨਾਲ ਅਗਲੀ ਗੱਲ ਇਹ ਹੈ ਵੀ ਜਦੋਂ ਕਈ ਵਾਰੀ ਆਪਣੀ ਐਪਲੀਕੇਸ਼ਨ ਲੇਟ ਹੁੰਦੀ ਹੈ ਜਾਂ ਜਾਦੇ ਟਾਈਮ ਲੈਂਦੀ ਹੈ ਤਾਂ ਆਪਣੇ ਦਿਮਾਗ 'ਚ ਕਦੇ-ਕਦੇ ਆਈਡੀਆ ਆਉਂਦਾ ਵੀ ਯਾਰ ਆਪਾਂ ਸਿੱਧਾ ਯੂਨੀਵਰਸਿਟੀ ਨੂੰ ਡਾਇਰੈਕਟ ਫੋਨ ਕਰਕੇ ਪੁੱਛ ਲਈਏ ਜਾਂ ਈਮੇਲ ਕਰਕੇ ਪੁੱਛ ਲਈਏ ਏਜੰਟੋ ਕਹਿਣ ਤੋਂ ਮਨਾ ਕਰ ਦਿੰਦਾ ਵੀ ਯਾਰ ਜੇ ਤੁਸੀਂ ਯੂਨੀਵਰਸਿਟੀ ਨੂੰ ਡਾਇਰੈਕਟ ਟੈਲੀਫੋਨ ਕੀਤਾ ਤਾਂ ਤੁਹਾਡਾ ਮਾੜਾ ਪ੍ਰਭਾਵ ਪਊਗਾ ਇਹੋ ਜਿਹੀ ਮਾੜਾ ਪ੍ਰਭਾਵ ਪੈਣਾ ਸਾਡੀ ਐਪਲੀਕੇਸ਼ਨ ਦੀ ਅਸੀਂ ਆਪ ਅਪਡੇਟ ਹੀ ਲੈਣੀ ਹੈ ਇਹਦੇ ਵਿੱਚ ਕੀ ਹੈ ਤੁਸੀਂ ਯ ਇਦੇ ਵਿੱਚ ਕੋਈ ਚੱਕਰ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਮਾੜਾ ਪ੍ਰਭਾਵ ਨਹੀਂ ਪੈਣਾ ਵੀ ਤੁਸੀਂ ਯੂਨੀਵਰਸਿਟੀ ਨੂੰ ਡਾਇਰੈਕਟ ਨਹੀਂ ਕਰ ਸਕਦੇ ਹਨ ਜਿਹੜੀ ਤੁਹਾਡੀ ਕੈਸ ਵਾਲੀ ਇੰਟਰਵਿਊ ਹੁੰਦੀ ਹੈ ਉਹ ਆਬਵੀਅਸਲੀ ਕਾਫੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਤੁਹਾਡਾ ਡਿਸੀਜਨ ਆਉਣਾ ਹੁੰਦਾ ਹੈ ਹਨਾ ਇਹ ਵੀ ਜਦੋਂ ਆਪਾਂ ਕੋਈ ਗੈਪ ਕਵਰ ਕੀਤਾ ਹੁੰਦਾ ਜਾਂ ਉਹਦੇ ਆ ਸਰਟੀਫਿਕੇਟ ਬਣਾਏ ਹੁੰਦੇ ਉਹ ਉਹ ਤਾਂ ਨਾ ਭਰਾਵਾ ਸੱਚ ਬੋਲ ਦਿਓ ਉਹ ਤਾਂ ਪਰ ਖਤਮ ਹੀ ਹੋ ਜੂਗਾ ਨਹੀਂ ਪਰ ਮੈਂ ਇਹ ਗੱਲ ਕਹਿਣਾ ਵੀ ਜਿੰਨਾ ਹੋ ਸਕੇ ਨਾ ਨਾਰਮਲ ਰਹੋ ਤੇ ਕਨਸੀਡਰ ਇਹ ਕਰਨ ਦੀ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਸਾਰਾ ਕੁਝ ਦੱਸੋ ਠੀਕ ਹੈ ਹਾਂ ਠੀਕ ਹੈ ਵੀ ਜੇ ਵਰਕ ਐਕਸਪੀਰੀਅנס ਬਣਵਾਇਆ ਜਾਂ ਸਟੱਡੀ ਵਾਲਾ ਸਟੱਡੀ ਵਾਲਾ ਤਾਂ ਵੈਸੇ ਚੱਲਦਾ ਵੀ ਨਹੀਂ ਹੁੰਦਾ ਵਰਕ ਵਾਲਾ ਚੱਲ ਜਾਂਦਾ ਜੇ ਉਹ ਬਣਵਾਇਆ ਤਾਂ ਆਬਵੀਅਸਲੀ ਉਹ ਚੀਜ਼ ਨੂੰ ਸਾਰੀਆਂ ਡੇਟਾਂ ਯਾਦ ਕਰਕੇ ਰੱਖੋ ਉਹਦੀਆਂ ਵੀ ਕਦੋਂ ਅਪਾਇੰਟਮੈਂਟ ਡੇਟ ਹੈ ਤੇ ਕਦੋਂ ਉਹਦੀ ਸੈਲਰੀ ਸਲਿੱਪਾਂ ਸਲੂਪੀਆਂ ਹੈਗੀਆਂ ਹਨਾ ਉਹ ਚੀਜ਼ਾਂ ਬਹੁਤ ਘੱਟ ਪੁੱਛਦੇ ਆ ਪਰ ਪੁੱਛ ਸਕਦੇ ਆ ਤਾਂ ਫਿਰ ਕਰਕੇ ਰੱਖਣਾ ਪੈਂਦਾ ਹਨਾ ਉਹ ਚੀਜ਼ ਆ ਬਾਕੀ ਗੱਲ ਰਹੀ ਇਮੀਗ੍ਰੇਸ਼ਨ ਦੇ ਸਵਾਲਾਂ ਦੀ ਯੂਨੀਵਰਸਿਟੀ ਬਾਰੇ ਤਾਂ ਇਮੀਗ੍ਰੇਸ਼ਨ ਦੇ ਸਵਾਲ ਆਹੀ ਕੁਝ ਪੁੱਛਦੇ ਹੁੰਦੇ ਆ ਵੀ ਤੁਹਾਡੀ ਯੂਨੀਵਰਸਿਟੀ ਕਿਹੜੀ ਆ ਤੁਹਾਡਾ ਕੋਰਸ ਕਿਹੜਾ ਤੇ ਤੁਹਾਡੀ ਲੋਕੇਸ਼ਨ ਕਿੱਥੇ ਇਹ ਤਿੰਨ ਚੀਜ਼ਾਂ ਹੀ ਪੁੱਛਦੇ ਹੁੰਦੇ ਆ ਉਹ ਨਹੀਂ ਜ਼ਿਆਦਾ ਇਨਕੁਆਇਰੀ ਕਰਦੇ ਹੁੰਦੇ ਇੱਕ ਵੀਡੀਓ ਦਾ ਲਿੰਕ ਦੇ ਵਿੱਚ ਆਈ ਬਟਨ ਦੇ ਉੱਤੇ ਲਿੰਕ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀਆਂ ਦਾ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਇੱਕ ਮੈਂ ਫੁੱਲ ਵੀਡੀਓ ਬਣਾਈ ਸੀਗੀ ਯੂਨੀਵਰਸਿਟੀ ਦੇ ਕੁਐਸਚਨ ਆਨਸਰਾਂ ਤੇ ਉਹਦਾ ਵੀ ਵੀਡੀਓ ਆਈ ਬਟਨ ਦੇ ਉੱਤੇ ਲਿੰਕ ਮੈਂ ਸ਼ਾਇਦ ਪਹਿਲਾਂ ਪਾ ਤਾ ਪਤਾ ਨਹੀਂ ਹੁਣ ਪਾ ਦਿੰਦਾ ਯਾਰ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਕਰ ਲਿਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਮਨ ਦੇ ਵਿੱਚ ਭਰਮ ਭਲੇਖਿਆ ਯੂਨੀਵਰਸਿਟੀਆਂ ਬਾਰੇ ਵੀ ਇਹ ਕਰਦੇ ਇਹ ਕਰਦੇ ਸਾਰਾ ਕੁਝ ਐ ਹੁੰਦਾ ਆਹੀ ਚੀਜ਼ ਹੁੰਦੀ ਹੈ ਰੀਅਲ ਰਹਿਣਾ ਡਰਨਾ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਧੰਨਵਾਦ ਸਾਰਿਆਂ ਦਾ ਜੇ ਆਪਦੇ ਮਤਲਬ ਦੀ ਵੀਡੀਓ ਦੇਖਣੀ ਹੈ ਤਾਂ ਉੱਥੇ ਕਲਿੱਕ ਕਰੋ ਜੇ ਮੇਰੀ ਸੁਜੈਸਟ ਕੀਤੀ ਹੋਈ ਵੀਡੀਓ ਦੇਖਣੀ ਹੈ ਤਾਂ ਥੱਲੇ ਕਲਿੱਕ ਕਰੋ ਜੇ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ 골ਡੀ ਬਟਨ ਤੇ ਕਲਿੱਕ ਕਰ ਦੋ ਜੇ ਕੁਝ ਨਹੀਂ ਕਰਨਾ ਤਾਂ ਵੀਡੀਓ ਬੰਦ ਕਰ ਦੋ